ਵੱਡਾ ਖੇਡ ਮੇਲਾ ਚੱਲ ਰਿਹਾ ਪਾਲੇ ਪਹਿਲਾਂ ਸਵਾਗਤ ਹੈ ਤੇ ਨਾਲ ਹੀ ਕਿਵੇਂ ਲੱਗ ਰਿਹਾ ਕਿਉਂਕਿ ਇਕੱਠ ਬਹੁਤ ਆ ਦਰਸ਼ਕਾਂ ਦਾ ਜਦੋਂ ਇੰਨਾ ਇਕੱਠ ਹੁੰਦਾ ਕਿਵੇਂ ਲੱਗਦਾ ਖੇਡ ਦੇ ਮਜ਼ਾ ਆਉਂਦਾ ਆਨੰਦ ਆਉਂਦਾ ਪੂਰਾ ਹਾਂਜੀ ਬਹੁਤ ਵਧੀਆ ਬਹੁਤ ਲੋਕਾਂ ਦਾ ਇਕੱਠ ਸੀਗਾ ਬਹੁਤ ਵਧੀਆ ਲੱਗਾ ਮੈਚ ਖੇਡ ਕੇ ਤੇ ਬਹੁਤ ਵਧੀਆ ਮਜ਼ਾ ਹੁਣ ਲੱਗਦਾ ਵੀ ਅੱਜ ਕਿਉਂਕਿ ਪਹਿਲਾਂ ਸਰੀ ਦੇ ਵਿੱਚ ਵੈਨਕੂਵਰ ਦੇ ਵਿੱਚ ਮੇਲੇ ਹੋਏ ਉੱਥੇ ਤੁਹਾਡੀ ਟੀਮ ਨੇ ਕੱਪ ਚੱਕਿਆ ਅੱਜ ਭਾਵੇਂ ਹੈਰੋ ਨਹੀਂ ਹੈ ਪਰ ਟੀਮ ਫਿਰ ਵੀ ਬਹੁਤ ਸਟਰੋਂਗ ਹੈ ਕੀ ਲੱਗਦਾ ਵੀ ਜ਼ੋਰ ਪੂਰਾ ਲੱਗੂਗਾ ਹਾਂਜੀ ਟੀਮਾਂ ਭਾਜੀ ਤਿੰਨੇ ਬਹੁਤ ਬੈਲੈਂਸ ਸੀਗੀਆਂ ਜਿਹੜੀ ਖੇਡ ਕੇ ਗਈ ਵੈਨਕੂਵਰ ਦੀ ਤੇ ਆਪਣੇ ਜਿਹੜੀ ਰੈਚਮੈਂਟ ਤੇ ਜਿਹੜੀ ਤੀਸਰੀ ਟੀਮ ਆ ਤਿੰਨੇ ਟੀਮਾਂ ਬੈਲੈਂਸ ਆ ਤੇ ਬਾਕੀ ਵਧੀਆ ਮੈਚ ਲੱਗੂਗਾ ਜਿੱਦਾਂ ਵੀ ਹੋਇਆ ਵਧੀਆ ਮੈਚ ਹੋਊਗਾ ਜਿਵੇਂ ਇਹ ਪੁੱਛਾਂ ਵੀ ਕਿੰਨੇ ਸਾਲ ਹੋ ਗਏ ਮੈਂ ਉਹ ਗੱਲ ਤੇ ਨਹੀਂ ਜਾਊਂਗਾ ਪਰ ਇੰਨੇ ਸਾਲਾਂ ਤੋਂ ਖੇਡਦੇ ਫਿਟਨੈਸ ਆਪਣੇ ਆਪ ਨੂੰ ਮੇਨਟੇਨ ਕਰਨਾ ਕਿਉਂਕਿ ਨਵੇਂ ਜਦੋਂ ਮੁੰਡੇ ਆਉਂਦੇ ਨਵੇਂ ਦਾ ਪੇਚ ਉਹਨਾਂ ਤੇ ਵਰਤਣੇ ਪੈਂਦੇ ਆ ਕਿਵੇਂ ਮੈਨੇਜ ਕਰਦੇ ਆ ਕੀ ਪਲੈਨਿੰਗ ਕਰਦੇ ਆ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ ਭਾਜੀ ਮਿਹਨਤ ਕਾਫੀ ਕਰਨੀ ਪੈਂਦੀ ਪਲੇਅਰ ਨੂੰ ਉਸ ਥਾਂ ਤੇ ਟਿੱਕੇ ਰਹਿਣ ਲਈ ਸਟੇਬਲ ਰਹਿਣ ਲਈ ਤੇ ਬਹੁਤ ਐਕਸਰਸਾਈਜ਼ ਤੇ ਸਾਰਾ ਕੁਝ ਕਰਨਾ ਪੈਂਦਾ ਪਰਿਵਾਰ ਕਿਵੇਂ ਪਰਿਵਾਰ ਕੀ ਖੁਸ਼ ਆ ਵੀ ਪਾਲਾ ਜਿਹੜੇ ਮੁਕਾਮ ਤੱਕ ਸਾਰਾ ਖੁਸ਼ ਆ ਉਹਦੇ ਤੋਂ ਹਾਂਜੀ ਭਾਜੀ ਫੈਮਿਲੀ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਜੇ ਫੈਮਿਲੀ ਦੀ ਸਪੋਰਟ ਕਰਕੇ ਤੇ ਮੈਂ ਖੇਡ ਰਿਹਾ ਨਹੀਂ ਤੇ ਹੁਣ ਕਦੇ ਦੇ ਹਟ ਜਾਣਾ ਸੀ ਪਰ ਦੋਸਤੋ ਦੱਸਦੀ ਵੀ ਇਹ ਖਿਡਾਰੀ ਜਿੰਨਾ ਵਧੀਆ ਪਲੇਅਰ ਉਹ ਤੋਂ ਵੱਧ ਕੇ ਵਧੀਆ ਇਨਸਾਨ ਹੈ ਇਹ ਖਿਡਾਰੀ ਲੰਮੇ ਸਮੇਂ ਤੋਂ ਸਾਡੀ ਖੇਡ ਕਬੱਡੀ ਦਾ ਸ਼ਿੰਗਾਰ ਬਣਿਆ ਪਹਿਲੇ ਇੱਕ ਥੋੜਾ ਇੱਕ ਕੁਐਸਚਨ ਹੈ ਜਦੋਂ ਵਰਲਡ ਕੱਪ ਦੇ ਵਿੱਚ ਮੈਚ ਹੋਈ ਸੀ ਦੁੱਲੇ ਨਾਲ ਬੈਠ ਰਹੇ ਸੀ ਉਹ ਮੂਵਮੈਂਟ ਕਿਹੋ ਜਿਹਾ ਸੀ ਉਦੋਂ ਜਦੋਂ ਕਿਹਾ ਵੀ ਪਾਲਾ ਟਰੈਕਟਰ ਜਿੱਤ ਗਿਆ ਅੱਜ ਜਲਾਲਪੁਰ ਨੂੰ ਜਾਊਗਾ ਸ਼ਾਹਕੋਟ ਦੇ ਲਾਗੇ ਉਹ ਤਾਂ ਕੀ ਆਇਆ ਸੀ ਮਨ ਦੇ ਵਿੱਚ ਪਹਿਲਾ ਖਿਆਲ ਕੀ ਸੀ ਭਾਜੀ ਉਹ ਕਬੱਡੀ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਸੀ ਪਲੇਅਰਾਂ ਲਈ ਤੇ ਪੀਟੀਸੀ ਤੇ ਲਾਈਵ ਦਿਖਾਇਆ ਜਾ ਰਿਹਾ ਸੀ ਵਰਲਡ ਕੱਪ ਦਾ ਉਹਨੂੰ ਦਿੱਤਾ ਸੀ ਤੇ ਉਹਦੇ 'ਚੋਂ ਜਦੋਂ ਜਿੱਤੇ ਸੀ ਤੇ ਬਹੁਤ ਲੋਕਾਂ ਨੇ ਦੇਖਿਆ ਸੀ ਜਿਹੜੇ ਨਹੀਂ ਵੀ ਕਬੱਡੀ ਨਾਲ ਜੁੜੇ ਸੀ ਉਹਨਾਂ ਨੇ ਵੀ ਉਹ ਮੈਚ ਦੇਖੇ ਜਿੱਦਾਂ ਤੇ ਕਬੱਡੀ ਦਾ ਪਹਿਲਾਂ ਵੀ ਚੱਲਦੀ ਸੀ ਵਧੀਆ ਮੈਚ ਪਹਿਲਾਂ ਵੀ ਹੁੰਦੇ ਪਰ ਉਹ ਇੱਕ ਲੈਵਲ ਬਹੁਤ ਵੱਡਾ ਸੀ ਕਬੱਡੀ ਨੇ ਪਹਿਲੇ ਕੋਈ ਇਹੋ ਜਿਹਾ ਕੋਈ ਕੰਟਰੀ ਰਿਹਾ ਵੀ ਜਿੱਥੇ ਖੇਡਣ ਦੀ ਚਾਹਤ ਆ ਵੀ ਨਹੀਂ ਖੇਡੇ ਹਜੇ ਤੱਕ ਕਿਉਂਕਿ ਕਈ ਵਾਰੀ ਨਹੀਂ ਸਵਾਬ ਬਣਦਾ ਹੋਰ ਜਗ੍ਹਾ ਬਿਜੀ ਹੁੰਦੇ ਆ ਹੈ ਕੋਈ ਇਹੋ ਜਿਹਾ ਕੰਟਰੀ ਭਾਜੀ ਯੂਰਪ ਦੀਆਂ ਕੰਟਰੀਆਂ ਹੈਗੀਆਂ ਜਿੱਥੇ ਨਹੀਂ ਖੇਡ ਹੋਇਆ ਬਾਕੀ ਵਾਹਿਗੁਰੂ ਦੀ ਮਿਹਰ ਨਾਲ ਯੂਰਪ ਵਾਲਿਆਂ ਨੂੰ ਕਰੀਏ ਵੀ ਉਮੀਦ ਵੀ ਕਰਾਉਣ ਮੇਲੇ ਫਿਰ ਪਾਲੇ ਦਾ ਜ਼ੋਰ ਉੱਥੇ ਵੀ ਹਾਲੈਂਡ ਇਟਲੀ ਸ਼ਹਿਰਾਂ 'ਚ ਦੇਖਣ ਨੂੰ ਮਿਲਣ ਨਾ ਹਾਂਜੀ ਜੇ ਮੈਚ ਹੋਏ ਤਾਂ ਭਾਜੀ ਜ਼ਰੂਰ ਜਾਵਾਂਗੇ ਉੱਥੇ ਵੀ ਬਹੁਤ ਧੰਨਵਾਦ ਸ਼ੋਭ ਸ਼ਮਾ ਥੈਂਕ ਯੂ ਲਾਈਵ ਕੋਡੀ ਦੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਸੀ ਦੋਸਤੋ ਜਲਾਲਪੁਰ ਦਾ ਪਾਲਾ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਵਰਲਡ ਕੱਪ ਦੇ ਵਿੱਚ ਟਰੈਕਟਰ ਦਾ ਜੇਤੂ ਰਿਹਾ ਲੰਮੇ ਸਮੇਂ ਤੋਂ ਖੇਡ ਕਬੱਡੀ ਦਾ ਸ਼ਿੰਗਾਰ ਬਣਿਆ ਹੋਇਆ ਇਹ ਖਿਡਾਰੀ ਉਹ ਖਿਡਾਰੀ ਹੈ ਜਿਹੜਾ ਹਰ ਇੱਕ ਮੈਚ ਦੇ ਵਿੱਚ ਜੱਫੇ ਲਾਉਂਦਾ ਤੇ ਇਹ ਜੱਫੇ ਜਿਹੜੇ ਦੇਖਣ ਵਾਲੇ ਜੱਫੇ ਹੁੰਦੇ ਆਪ ਮਹਾਰੇ ਮੈਂ ਦੇਖਿਆ ਬਜ਼ੁਰਗਾਂ ਨੂੰ ਬੱਚਿਆਂ ਨੂੰ ਨੱਚਦੇ ਆ ਜਦੋਂ ਜੱਫੇ ਲੱਗਦੇ ਅੱਜ ਗੇਮਾਂ ਗੇਮੀ ਕੈਲਗਰੀ ਦੇ ਵਿੱਚ ਹੋਈ ਪਈ ਆ ਦੋਸਤੋ ਅਸੀਂ ਦੱਸ ਦਈਏ ਵੀ ਲਾਈਵ